इंसाना दे लई तां हर कोई रोटी लै के पहुँचता है, पानी लैके पहुँचता है, लेकिन जिहड़े पशु ने, बेजुबान जानवर ने, उन्हां दे लई इह लोक मजबूर ने पट्ठे लै के जाण। ਇੱਥੋਂ ਆਪਾਂ ਸੱਪ ਵੀ ਜਾਂਦੇ ਦੇਖੇ ਨੇ। ਖਤਰਾ ਜਿਹੜਾ ਹਲੇ ਟਲਿਆ ਨਹੀਂ ਕਹਿ ਸਕਦੇ ਆਪਾਂ, ਪਰ ਲੋਕੀ ਸੇਵਾ ਕਰਨ ਵੀ ਆ ਰਹੇ ਨੇ, ਪੱਠੇ ਲੈ ਕੇ ਤੁਹਾਡੇ ਤੱਕ ਨਹੀਂ ਪਹੁੰਚੇ। ਲੋਕਾਂ ਤਗੜੇ ਬੰਦੇ ਦਿੰਦੇ ਪੱਠੇ, ਇੱਥੇ ਮਾੜੇ ਨੂੰ ਕੋਈ ਪਹੁੰਚਦਾ ਨਹੀਂ। ਚੰਗਾ ਤੇ ਪਈਆਂ ਕੇ ਮੈਂ ਤੁਹਾਡੇ ਹੱਥ 'ਚ ਰੋਟੀਆਂ ਦੇਖ ਰਹੀ ਹਾਂ। ਇਹ ਡੰਗਰਾਂ ਵਾਸਤੇ ਹੀ ਸਾਡੇ ਲਈ, ਮੇਰੀਆਂ ਦੋ ਗਾਈਆਂ ਦੋਨੇ ਸੂਣ ਵਾਲੀਆਂ ਤੇ ਦੋਨੇ ਹੀ ਆ, ਤਾਂ ਤੂੜੀ ਤੇ ਵੀ ਅਸੀਂ ਓਕੇ ਤੇ ਪੱਠਾ ਡੱਕਾ ਸੁੱਕਾ ਆਉਂਦਾ ਵਾ, ਇੱਥੇ ਲੈਣ ਹੀ ਨਹੀਂ ਦਿੰਦੇ, ਸਿਰ ਦੇ ਗਾਣ ਲਗਾਈ ਜਾਂਦੇ ਪਤੰਗ। ਰੋਟੀਆਂ ਉੱਥੇ ਕੱਲ੍ਹ ਦੀਆਂ ਦੇਖ ਲਈਆਂ, ਕਿਸੇ ਉਹ ਚੱਕ ਕੇ ਲੈਂਦੇ, ਮੈਂ ਕਿਹਾ ਭੇਂ ਕੇ ਪਾ ਦਾਂਗੇ ਰਸ ਡੰਗਰਾਂ ਨੂੰ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤੁਹਾਨੂੰ ਤੁਸੀਂ ਬੰਨ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਹੋਰ ਵੀ ਪਿੰਡਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਜਿੱਥੋਂ ਬੰਨ ਟੁੱਟਾ ਸੀਗਾ, ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀਗਾ ਕਿ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ, ਘਰਾਂ ਦੇ ਵਿੱਚ ਸਮਾਨ ਦਾ ਬਹੁਤ ਨੁਕਸਾਨ ਹੋਇਆ, ਲੋਕ ਆਪਣੇ ਘਰ ਛੱਡ ਕੇ ਜਾ ਚੁੱਕੇ ਨੇ, ਵੱਖ ਵੱਖ ਸੰਸਥਾਵਾਂ ਇੱਥੇ ਪਹੁੰਚ ਰਹੀਆਂ ਨੇ। ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਕਿਹਾ ਜ਼ਰੂਰ ਗਿਆ ਸੀਗਾ ਕਿ ਪਾਣੀ ਦਾ ਵਹਾਅ ਘਟਿਆ, ਦਿਖਾਇਆ ਵੀ ਸੀਗਾ ਕਿ ਇਹ ਵੀ ਦੱਸਿਆ ਗਿਆ ਸੀਗਾ ਕਿ ਪਾਣੀ ਜਿਹੜਾ 2 ਤੋਂ 2.5 ਫੁੱਟ ਨੀਵਾਂ ਚਲਾ ਗਿਆ ਹੈ, ਪਰ ਜਿਹੜੇ ਪਾਸਿਓਂ ਨੀਵਾਂ ਗਿਆ ਸੀਗਾ ਉੱਧਰਲੇ ਪਾਸਿਓਂ ਨਿਕਲ ਕੇ ਦੂਜੇ ਪਿੰਡਾਂ ਦੇ ਵਿੱਚ ਚਲਾ ਗਿਆ। ਸੋ ਇੱਧਰ ਤਸਵੀਰਾਂ ਮੈਂ ਦਿਖਾਉਣੀਆਂ ਚਾਹੂੰਗੀ ਕਿ ਇਨਸਾਨਾਂ ਦੇ ਲਈ ਤਾਂ ਹਰ ਕੋਈ ਰੋਟੀ ਲੈ ਕੇ ਪਹੁੰਚਦਾ, ਪਾਣੀ ਲੈ ਕੇ ਪਹੁੰਚਦਾ, ਲੇਕਿਨ ਜਿਹੜੇ ਪਸ਼ੂ ਨੇ, ਬੇਜ਼ੁਬਾਨ ਜਾਨਵਰ ਨੇ, ਉਹਨਾਂ ਦੇ ਲਈ ਇਹ ਲੋਕ ਮਜਬੂਰ ਨੇ ਪੱਠੇ ਲੈ ਕੇ ਜਾਣ ਨੂੰ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਪਾਣੀ ਭਰਿਆ ਹੋਇਆ ਖੇਤਾਂ ਦੇ ਵਿੱਚ, ਅਤੇ ਕਿਸ ਤਰੀਕੇ ਦੇ ਨਾਲ ਪਸ਼ੂਆਂ ਦੇ ਲਈ ਬੇਜ਼ੁਬਾਨ ਜਾਨਵਰ ਨੇ। ਕੱਲ੍ਹ ਵੀ ਕੁਝ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਕਿ ਪਸ਼ੂਆਂ ਦੇ ਲਈ ਲੋਕ ਦੂਰੋਂ ਦੂਰੋਂ ਪੱਠੇ ਲੈ ਕੇ ਆ ਰਹੇ ਸੀਗੇ, ਲੇਕਿਨ ਇਹ ਕੁਝ ਲੋਕ ਨੇ ਜਿਹੜੇ ਪਸ਼ੂਆਂ ਦੇ ਲਈ ਪੱਠੇ ਵੱਢ ਰਹੇ ਨੇ, ਇੰਨੇ ਪਾਣੀ 'ਚੋਂ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਉੱਪਰੋਂ ਦੀ ਪੱਠੇ ਵੱਢ ਕੇ ਲੈ ਕੇ ਜਾ ਰਹੇ ਨੇ। ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਬਾਈ ਜੀ ਤੁਸੀਂ ਸਮਾਨ ਰੱਖ ਲਓ ਪਹਿਲਾਂ, ਕੋਈ ਗੱਲ ਨਹੀਂ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਇੰਨਾ ਪਾਣੀ ਇਕੱਠਾ ਹੋਇਆ ਇੱਥੇ, ਪਰ ਫਿਰ ਵੀ ਤੁਸੀਂ ਮਜਬੂਰ ਹੋ ਪੱਠੇ ਲੈ ਕੇ ਜਾਣ ਨੂੰ ਪਸ਼ੂਆਂ ਦੇ ਲਈ? ਇਹ ਸਿਰਫ ਤੁਹਾਡੇ ਆਪਣੇ ਪਸ਼ੂਆਂ ਦੇ ਲਈ ਹੈ ਕਿ ਬਾਹਰ ਵੀ ਦੇਣ ਡੇ? ਆਪਦੇ ਪਸ਼ੂ ਵਾਸਤੇ ਆ, ਆਪਣੇ ਵਾਸਤੇ। ਹਾਂਜੀ ਆਪ, ਮੈਂ ਦੇਖ ਸਕਦੀ ਹਾਂ ਕਿ ਤੁਹਾਡੇ ਪਿੰਡੇ ਦੇ ਉੱਪਰ ਬਹੁਤ ਸਾਰੇ ਕੀੜੀਆਂ ਕੀੜੇ ਲੜ ਰਹੇ ਨੇ ਤੁਹਾਨੂੰ। ਤੁਸੀਂ ਇਹ ਹਾਲਾਤ ਇਹਨਾਂ ਦੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਪਿੰਡੇ ਦੇ ਉੱਪਰ ਇੰਨੇ ਕੀੜੇ ਨੇ, ਜਦ ਇਹ ਉੱਥੋਂ ਪੱਠੇ ਵੱਢਣ ਗਏ ਸੀਗੇ ਅੰਦਰ। ਅਤੇ ਇਹ ਮੈਂ ਦਿਖਾਉਣਾ ਚਾਹੂੰਗੀ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਹਾਲਾਤ ਨੇ, ਕਿ ਪਸ਼ੂਆਂ ਨੂੰ ਪੱਠੇ ਪਾਉਣੇ ਬਹੁਤ ਜ਼ਰੂਰੀ ਨੇ। ਕੁਝ ਕੁ ਲੋਕ ਪਹੁੰਚ ਰਹੇ ਨੇ ਸੇਵਾ ਕਰਨ ਦੇ ਲਈ, ਪੱਠੇ ਲੈ ਕੇ ਦੂਰੋਂ ਦੂਰੋਂ ਆ ਰਹੇ ਨੇ, ਪਰ ਹਜੇ ਹਰ ਜਗ੍ਹਾ 'ਤੇ ਇਹ ਚੀਜ਼ ਨਹੀਂ ਪਹੁੰਚੀ। ਅਤੇ ਕੁਝ ਲੋਕ ਪਿੰਡਾਂ ਦੇ ਵਿੱਚੋਂ ਇੰਨੇ ਪਾਣੀ ਦੇ ਵਿੱਚੋਂ, ਜਿੰਨੀ ਦੂਰ ਦੇਖੀਏ ਅਸੀਂ ਸਿਰਫ ਪਾਣੀ ਹੀ ਪਾਣੀ ਹੈ। ਸੋ ਇਹ ਉਹ ਕੁਝ ਲੋਕ ਨੇ ਜਿਹੜੇ ਬਾਹਰੋਂ ਪੱਠੇ ਨਹੀਂ ਲਿਆ ਸਕਦੇ, ਲੇਕਿਨ ਇੱਥੋਂ ਖੇਤਾਂ ਦੇ ਵਿੱਚੋਂ ਹੀ ਤੁਹਾਨੂੰ ਮੈਂ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪਿੰਡੇ ਦੇ ਉੱਪਰ ਕੀੜੇ ਚੜੇ ਹੋਏ ਸੀਗੇ, ਕੀੜੀਆਂ ਲੜ ਰਹੀਆਂ ਸੀਗੀਆਂ ਉਹਨਾਂ ਨੂੰ ਖੇਤਾਂ ਦੇ ਵਿੱਚ। ਇੱਥੋਂ ਆਪਾਂ ਸੱਪ ਵੀ ਜਾਂਦੇ ਦੇਖੇ ਨੇ। ਖਤਰਾ ਜਿਹੜਾ ਹਲੇ ਟਲਿਆ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਜਿਹੜੇ ਇਸ ਵਕਤ ਹਾਲਾਤ ਬਣੇ ਹੋਏ ਨੇ, ਡੈਮਸ ਦੇ ਵਿੱਚੋਂ ਗੇਟ ਖੋਲ੍ਹੇ ਜਾ ਰਹੇ ਨੇ, ਪਾਣੀ ਛੱਡਿਆ ਜਾ ਰਿਹਾ ਹੌਲੀ ਹੌਲੀ, ਕੀ ਹਾਲਾਤ ਇਸ ਵਕਤ ਤੁਹਾਡੇ ਪਿੰਡਾਂ ਦੇ ਬਣੇ ਹੋਏ ਨੇ? ਪਿੰਡਾਂ ਦੇ ਪਾਣੀ ਫਿਰਦਾ ਵਾ, ਉਹ ਦੇਖ ਲਓ ਜਾ ਕੇ ਪੱਠੇ ਹੋਣ ਲੱਗਦੇ, ਪੱਠੇ ਤੋਂ ਤਗੜੇ ਲਈ ਜਾਂਦੇ, ਮਾੜੇ ਪੱਠੇ ਦਿੰਦੇ ਕੋਈ, ਇਹੋ ਕੰਮ ਆ ਬਸ। ਪਸ਼ੂਆਂ ਨੂੰ ਤੁਸੀਂ ਕਿਸੇ ਬਾਹਰ ਨਹੀਂ ਲੈ ਗਏ ਕਿ ਪਾਣੀ 'ਚੋਂ ਕੱਢ ਕੇ ਪਸ਼ੂਆਂ ਨੂੰ ਬਾਹਰ? ਅੰਦਰ ਬੱਧੀਆਂ ਪਹੋ, ਅੰਦਰ ਬੱਧੇ ਉੱਥੇ ਅੰਦਰ ਬੱਧੇ ਪਹੋ, ਤੇ ਪੱਠੇ ਨਹੀਂ ਮਿਲਦੇ ਕਿਤੇ। ਤੂੜੀ ਤਾਂ ਹੈਗੀ ਆ, ਤੂੜੀਆਂ ਇਕੱਲੀ ਇਕੱਲੀ ਤੂੜੀਆਂ ਚੱਲਦੀ ਰੋਜ਼, ਪਰ ਲੋਕ ਸੇਵਾ ਕਰਨ ਵੀ ਆ ਰਹੇ ਨੇ, ਪੱਠੇ ਲੈ ਕੇ ਤੁਹਾਡੇ ਤੱਕ ਨਹੀਂ ਪਹੁੰਚੇ? ਲੋਕ ਗਾਂ ਤਗੜੇ ਬੰਦੇ ਦਿੰਦੇ ਪੱਠੇ, ਇੱਥੇ ਮਾੜਿਆਂ ਨੂੰ ਕੋਈ ਪੁੱਛਦਾ ਨਹੀਂ ਗਾ, ਆਹ ਚੱਕਰ ਆ। ਅੱਛਾ, ਗਰੀਬੀ ਇੱਕ ਇਹ ਵੀ ਚੀਜ਼ ਹੈ ਵੀ ਜਿਹੜੇ ਲੋਕ ਸੇਵਾ ਕਰਨ ਆਉਂਦੇ ਨੇ ਉਹ ਵੀ ਤਗੜੇ ਘਰ ਸੇਵਾ ਕਰਨ ਜਾਂਦੇ? ਮਾੜਿਆਂ ਨੂੰ ਕੁਝ ਨਹੀਂ, ਕੁਛ ਨਹੀਂ ਦਿੰਦਾ। ਇੱਥੇ ਆਵੇ, ਹੁਣੇ ਆਏ ਸੀ, ਹੁਣੇ ਟਰਾਲੀਆਂ ਲੈ ਗਾਂ ਚਲ ਗਿਆ। ਅੱਛਾ, ਉਹ ਵੀ ਪੱਠਿਆਂ ਵਾਲੀ ਟਰਾਲੀ ਸੀ? ਪੱਠਿਆਂ ਵਾਲੀ ਟਰਾਲੀ ਗਈਆਂ ਬੰਨੇ ਬੰਨ। ਮੈਂ ਕਿਹਾ ਦੋ ਪਿੰਡਾਂ ਦੇ ਦਿੱਤੀਆਂ ਨੇ ਉਹਨਾਂ ਨੂੰ, ਦੋ ਪਿੰਡਾਂ ਪੱਠਿਆਂ ਦੀਆਂ ਮੈਨੂੰ। ਪੈਸੇ ਮੰਗਦੇ ਨੇ? ਪੈਸੇ ਨਹੀਂ ਮੰਗਦੇ, ਪੱਠੇ ਦੇਣੇ ਨੇ, ਕਹਿੰਦੇ ਗਾਂ ਲੈ ਜਾਣੇ, ਉਹ ਗਾਂ ਭਰੋ 6 ਮੰਗੇ। ਅੱਛਾ, ਉੱਧਰ ਲੈ ਗਿਆ ਪੱਠੇ, ਹੁਣੇ ਗਿਆ ਸੀ, ਦੋ ਤਿੰਨ ਟਰਾਲੀ ਲੰਘ ਕੇ ਹੁਣੇ ਗਈਆਂ।
ਦਿੰਦੇ ਨਹੀਂ ਇੱਥੇ ਆਉਂਦੇ ਨਹੀਂ ਜਾਵੇ ਬੁੜੀਆਂ ਖੜੀਆਂ ਕਰੀ ਅਕਲੀ ਰੋਟੀ ਦਿੰਦੇ ਉਹਨੂੰ ਇਹ ਹਾਲਾਤ ਜਿਹੜੇ ਨੇ ਕਿ ਪੱਠੇ ਮੰਗਣ ਤੇ ਵੀ ਨਹੀਂ ਮਿਲ ਰਹੇ ਸੇਵਾਦਾਰ ਜਿਹੜੇ ਪਹੁੰਚ ਰਹੇ ਨੇ ਉਹ ਚੀਜ਼ਾਂ ਜਿਵੇਂ ਇਹਨਾਂ ਦਾ ਕਹਿਣਾ ਸੀਗਾ ਵੀ ਜਿਹੜੇ ਵੱਡੇ ਘਰ ਨੇ ਉਹਨਾਂ ਨੂੰ ਸਿਰਫ ਦੇ ਰਹੇ ਨੇ ਇੱਥੇ ਮਾਤਾ ਜੀ ਆਏ ਨੇ ਮਾਤਾ ਜੀ ਕਿੱਧਰੋਂ ਆਏ ਹੋ ਤੁਸੀਂ ਅਸੀਂ ਮੈਡਮ ਇੱਧਰ ਗਏ ਸੀਗੇ ਵੀ ਸਾਨੂੰ ਪੱਠਿਆਂ ਦਾ ਕੋਈ ਹੋ ਜਾਵੇ ਪ੍ਰਬੰਧ ਸਾਡਾ ਅਤੇ ਰਾਸ਼ਨ ਦਾ ਥੋੜ੍ਹਾ ਜਿਹਾ ਹੋ ਜਾਊਗਾ ਅਤੇ ਸਾਡੇ ਜਿਹੜੇ ਕੁੱਪ ਵਾ ਉਹ ਵੀ ਜਾ ਕੇ ਸਾਡੇ ਨਾਲ ਇਸ ਵੇਲੇ ਨਾ ਸਾਡੇ ਨਾਲ ਜਾ ਕੇ ਦੇਖ ਸਕਦੇ ਸਾਡੇ ਦੋਨੇ ਕੁੱਪ ਸਾਰੇ ਭਿੱਜੇ ਹੋਏ ਆ ਇੰਨਾ ਆਹ ਰੋਟੀਆਂ ਉੱਥੇ ਪਈਆਂ ਸੀ ਮੈਂ ਤੁਹਾਡੇ ਹੱਥ 'ਚ ਰੋਟੀਆਂ ਦੇਖ ਰਹੀ ਹਾਂ ਇਹ ਡੰਗਰਾਂ ਵਾਸਤੇ ਹੀ ਸਾਡੇ ਲਈ ਅੱਛਾ ਮੇਰੀਆਂ ਦੋ ਗਾਈਆਂ ਦੋਨੇ ਸੂਣ ਵਾਲੀਆਂ ਅਤੇ ਦੋਨੇ ਹੀ ਆ ਤਾਂ ਧੂੜੀ ਤੋਂ ਵੀ ਅਸੀਂ ਓਕੇ ਹਾਂ ਅਤੇ ਪੱਠਾ ਡੱਕਾ ਸੁੱਕਾ ਆਉਂਦਾ ਵਾ ਇੱਥੇ ਲੈਣ ਹੀ ਨਹੀਂ ਦਿੰਦੇ ਸਿੱਧੇ ਗਾਂ ਲਗਾਈ ਜਾਂਦੇ ਪਤਾ ਕਿੱਧਰ ਸਾਡੇ ਤੱਕ ਨਹੀਂ ਪਹੁੰਚਣ ਡਿਆ ਹੈ ਰੋਟੀ ਪਾਣੀ ਵੀ ਨਹੀਂ ਪਹੁੰਚ ਰਿਹਾ ਤੁਹਾਡੇ ਤੱਕ ਪਾਣੀ ਪਹੁੰਚਣ ਡਿਆ ਹਰ ਲੰਗਰ ਪਾਣੀ ਮੈਡਮ ਉਹ ਨਹੀਂ ਖਾ ਕੇ ਨਹੀਂ ਕਿਸੇ ਨੂੰ ਕਹਿਣਾ ਉਹ ਸਾਡੇ ਕੋਲ ਪਹੁੰਚਣ ਡਿਆ ਜਿਹੜੇ ਚੀਜ਼ ਅਸੀਂ ਤਾਂ ਕੋਲੀ ਨਾ ਖਾਣਾ ਡੰਗਰਾਂ ਨੇ ਪੰਡਾਂ ਨਾ ਖਾਣਾ ਸਾਡੀ ਤੂੜੀ ਤਾਂ ਐਂ ਬੇਕਾਰ ਹੋ ਗਈ ਜਾ ਕੇ ਤੁਸੀਂ ਨਾ ਸਾਡੇ ਨਾਲ ਹੁਣੇ ਜਾ ਕੇ ਭਾਵੇਂ ਵੀਡੀਓ ਵੇਖ ਲਓ ਸਾਡੇ ਕੱਪਾਂ ਦੇ ਅਤੇ ਇਹ ਪੱਠੇ ਕਿਹਨਾਂ ਦੇ ਨੇ ਇਹ ਪੱਠੇ ਵੀ ਜ਼ਿਮੀਂਦਾਰਾਂ ਦੇ ਜਿਹੜੇ ਅਸੀਂ ਵੱਢ ਵੱਢ ਪਾਉਣ ਡਏ ਹੋਏ ਹਾਂ ਦਾਰੇ ਵੱਲ ਦੇ ਜ਼ਿਮੀਂਦਾਰਾਂ ਗਾਲੀ ਜਾਣੇ ਆ ਇਹ ਜ਼ਿਮੀਂਦਾਰਾਂ ਦੇ ਪੱਠੇ ਆ ਅਤੇ ਜ਼ਿਮੀਂਦਾਰਾਂ ਨੂੰ ਪੁੱਛਿਆ ਤੁਸੀਂ ਹਾਂਜੀ ਉਹਨਾਂ ਨੂੰ ਪਤਾ ਹੀ ਆ ਭਾਅ ਜੀ ਉਹਨਾਂ ਨੇ ਜਿਹੜਾ ਪੁੱਛਿਆ ਵਾ ਇਹਨਾਂ ਨੂੰ ਜਾਣਦੇ ਆ ਉਹ ਆਉਣੀ ਜਾਣੀ ਆ ਜਿਹਨਾਂ ਕੋਲ ਵੱਡੇ ਆ ਪੁੱਛ ਕੇ ਪਰ ਬਹੁਤ ਸਾਰੀਆਂ ਸੰਸਥਾਵਾਂ ਵੀ ਪਿੰਡਾਂ ਦੇ ਵਿੱਚ ਆ ਰਹੀਆਂ ਨੇ ਕੋਈ ਤੂੜੀ ਲੈ ਕੇ ਆ ਰਿਹਾ ਕੋਈ ਪੱਠੇ ਲੈ ਕੇ ਆ ਰਿਹਾ ਮੈਡਮ ਤੂੜੀ ਨਹੀਂ ਪਹੁੰਚੀ ਨਹੀਂ ਰਹੀ ਅਸੀਂ ਤੂੜੀ ਤਾਂ ਬਹੁਤ ਔਖੇ ਹਾਂ ਤੁਹਾਨੂੰ ਪੱਠੇ ਮਿਲ ਰਹੇ ਨੇ ਇੱਥੋਂ ਪੱਠੇ ਹਾਂਜੀ ਇੱਥੋਂ ਲੈ ਜਾਈਦੇ ਜ਼ਬਰਦਸਤੀ ਜਿੱਦਾਂ ਉੱਥੇ ਹੁਣ ਵੀ ਲੱਥੇ ਸੀਗੇ ਇੱਥੋਂ ਲਵਾ ਕੇ ਪਿੰਡ ਲਿਜਾਈਦੇ ਅਸੀਂ ਆਪਣੇ ਪੱਠੇ ਬਸ ਅਤੇ ਕੀ ਹਾਲਾਤ ਨੇ ਇਸ ਵਕਤ ਪਿੰਡ ਦੇ ਅੰਦਰ ਦੇ ਪਿੰਡ ਸਾਡਾ ਸੁੱਕਾ ਹੀ ਹੈ ਵਿੱਚੋਂ ਮੈਡਮ ਵਿਚਲੇ ਘਰ ਸੁੱਕੇ ਜਿੱਧਰ ਸਾਡਾ ਘਰ ਆ ਬਾਹਰਲੀ ਗਲੀ 'ਚ ਉੱਧਰ ਸਾਡੇ ਸਾਰੇ ਪਾਣੀ ਆ ਅਤੇ ਮੇਰਾ ਕੁੱਪ ਵੀ ਸਾਡਾ ਡੁੱਬਾ ਪਿਆ ਸਾਨੂੰ ਤੂੜੀ ਦੀ ਜ਼ਿਆਦਾ ਸੰਭਾਵਨਾ ਆਪਦਾ ਸਰ ਸੜ ਜਾਂਦਾ ਡੰਗਰਾਂ ਦਾ ਨਹੀਂ ਹੈ ਮੈਡਮ ਸਰ ਰਿਹਾ ਤਾਂ ਆ ਵੀ ਹੁਣ ਰੋਟੀਆਂ ਉੱਥੇ ਕੱਲ੍ਹ ਦੀਆਂ ਰੱਖ ਦੀਆਂ ਕਿਸੇ ਉਹ ਚੱਕ ਕੇ ਲੈਂਦੇ ਮੈਂ ਕਿਹਾ ਭੀਂ ਕੇ ਪਾ ਦਾਂਗੇ ਰਸ ਡੰਗਰਾਂ ਨੂੰ ਸੋ ਤੁਸੀਂ ਤਰਪੈਲੀ ਸਾਨੂੰ ਮਿਲ ਜਾਵੇ ਨਾ ਇਕੱਲੀ ਤਰਪੈਲੀ ਤਾਂ ਅਸੀਂ ਤੂੜੀ ਆਪਦੀ ਗਿੱਲੇ ਥਾਂ ਕੱਢ ਕੇ ਸੁੱਕੇ ਥਾਂ ਫੋਲ ਕੇ ਰੱਖ ਸਕਦੇ ਹਾਂ ਪਰ ਪਾਣੀ ਤਾਂ ਪਿੰਡਾਂ ਦੇ ਵਿੱਚ ਇੱਕ ਬੰਨਿਓ ਘੱਟ ਗਿਆ ਤੇ ਹੁਣ ਦੂਜੇ ਪਾਸੇ ਨੂੰ ਜਾ ਰਿਹਾ ਡਿਆ ਹੋਇਆ ਸਾਡਾ ਪਿੰਡ 'ਚ ਹੀ ਹੁਣ ਪਾਣੀ ਜ਼ਿਆਦਾ ਹਾਂਜੀ ਸੰਸਥਾਵਾਂ ਆਈਆਂ ਨੇ ਵੈਸੇ ਤੁਹਾਡੇ ਕੋਲ ਸਾਡੇ ਕੋਲ ਮੈਡਮ ਕੋਈ ਨਹੀਂ ਆਏਗੀ ਸਾਡੇ ਕੋਲ ਪੱਠੇ ਆਏ ਆ ਤਾਂ ਬਸ ਰੋਟੀ ਆਈ ਆ ਪੱਠੇ ਵੀ ਇੰਨੇ ਨਹੀਂ ਆਉਂਦੇ ਕਿ ਪੱਠੇ ਜਦੋਂ ਲਵਾਈਦੇ ਹਾਂ ਲੰਗਰ ਆਉਂਦਾ ਵਾ ਪਾਣੀ ਆਉਂਦਾ ਵਾ ਲੰਗਰ ਆਉਂਦਾ ਵਾ ਤਾਂ ਪੱਠੇ ਮਿਲੇ ਆ ਜਿੱਦਾਂ ਥੋੜ੍ਹੇ ਜਿਹੇ ਲਾਉਣ ਦਿੰਦੇ ਬਾਕੀ ਲਾਉਣ ਨਹੀਂ ਦਿੰਦੇ ਗਾਂਹ ਲੈ ਜਾਓ ਗਾਂਹ ਪਾਣੀ ਬਹੁਤ ਡੁੱਬਾ ਆ ਪਿੰਡ ਬਸ ਸੋ ਹਾਲਾਤ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਪਿੱਛੇ ਵੀ ਤੁਸੀਂ ਪਾਣੀ ਦੇਖ ਸਕਦੇ ਹੋ ਕਿ ਪੱਠਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਜ਼ਿਮੀਂਦਾਰਾਂ ਤੋਂ ਪੁੱਛ ਕੇ ਪੱਠੇ ਵੱਢ ਰਹੇ ਨੇ ਕਿਉਂਕਿ ਇਹ ਵੀ ਪੱਠੇ ਗਲ ਜਾਣੇ ਨੇ ਜਿਹੜੀਆਂ ਸੰਸਥਾਵਾਂ ਇੱਥੇ ਪੱਠੇ ਲੈ ਕੇ ਪਹੁੰਚ ਰਹੀਆਂ ਉਹ ਵੱਡੇ ਘਰਾਂ ਦੇ ਪਸ਼ੂ ਨੇ ਜਿਹੜੇ ਜਿਹੜੇ ਡੁੱਬ ਚੁੱਕੇ ਨੇ ਉਹਨਾਂ ਨੂੰ ਦੇ ਰਹੇ ਨੇ ਗਰੀਬ ਪਰਿਵਾਰਾਂ ਦੇ ਨਾਲ ਹਮੇਸ਼ਾ ਤੋਂ ਹੀ ਅਸੀਂ ਇਹ ਚੀਜ਼ਾਂ ਦੇਖਦੇ ਆਏ ਹਾਂ ਸੁਣਦੇ ਆਏ ਹਾਂ ਕਿ ਹਮੇਸ਼ਾ ਉਹਨਾਂ ਤੱਕ ਚੀਜ਼ਾਂ ਨਹੀਂ ਪਹੁੰਚਾਈਆਂ ਜਾਂਦੀਆਂ ਲੇਕਿਨ ਅਸੀਂ ਵੀ ਰਿਕੁਐਸਟ ਕਰਾਂਗੇ ਉਹ ਸੰਸਥਾਵਾਂ ਨੂੰ ਜਿਹੜੀਆਂ ਪੱਠੇ ਲੈ ਕੇ ਪਹੁੰਚ ਰਹੀਆਂ ਨੇ ਵੀ ਜਿਨ੍ਹਾਂ ਨੂੰ ਵਾਕਿਆ ਲੋੜ ਹੈ ਜਿਨ੍ਹਾਂ ਦੇ ਕੋਲ ਚੀਜ਼ਾਂ ਨਹੀਂ ਪਹੁੰਚ ਰਹੀਆਂ ਉਹਨਾਂ ਨੂੰ ਦਿੱਤੀਆਂ ਜਾਣ ਹਾਲਾਤ ਅਸੀਂ ਤੁਹਾਨੂੰ ਲਗਾਤਾਰ ਜ਼ੀਰੋ ਗਰਾਊਂਡ ਤੋਂ ਦਿਖਾ ਰਹੇ ਹਾਂ ਕਿ ਇੱਕ ਪਾਸਿਓਂ ਜਿੱਧਰੋਂ ਬੰਨ੍ਹ ਟੁੱਟਾ ਸੀਗਾ ਉੱਧਰ ਪਾਣੀ ਦਾ ਵਹਾਅ ਘੱਟ ਵੀ ਗਿਆ ਅਤੇ ਜਿਹੜਾ ਪਾਣੀ ਦਾ ਲੈਵਲ ਹੈ ਉਹ ਵੀ 2 ਤੋਂ 2.5 ਫੁੱਟ ਘਟਿਆ ਲੇਕਿਨ ਉੱਧਰੋਂ ਦੀ ਘੱਟ ਕੇ ਅਗਲੇ ਪਿੰਡਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਸੋ ਦੂਰ ਦੂਰ ਤੱਕ ਜਿੱਥੇ ਤੱਕ ਦੇਖ ਰਿਹਾ ਵੀ ਹਾਲਾਤ ਹਾਲੇ ਵੀ ਉਹੀ ਨੇ ਖਤਰਾ ਟਲਿਆ ਨਹੀਂ ਹੈ ਪਾਣੀ ਅੱਗੇ ਦੀ ਅੱਗੇ ਜਾ ਰਿਹਾ ਬੱਦਲ ਵੀ ਬਹੁਤ ਜ਼ਿਆਦਾ ਬਣੇ ਹੋਏ ਨੇ ਬਰਸਾਤ ਜਿਹੜੀ ਫਿਰ ਤੋਂ ਸ਼ੁਰੂ ਹੋ ਗਈ ਹੈ ਇਹ ਬਰਸਾਤ ਦੇ ਕਾਰਨ ਵੀ ਹੋਰ ਪਾਣੀ ਇਕੱਠਾ ਹੋਏਗਾ ਜੇ ਡੈਮਸ ਦੇ ਵਿੱਚ ਇਸ ਬਰਸਾਤ ਦੇ ਕਾਰਨ ਹੋਰ ਪਾਣੀ ਇਕੱਠਾ ਹੁੰਦਾ ਤਾਂ ਫਿਰ ਤੋਂ ਗੇਟ ਖੋਲ੍ਹੇ ਜਾਣਗੇ ਫਿਰ ਤੋਂ ਖਤਰਾ ਹੋਰ ਵਧੇਗਾ ਪਰ ਖਤਰਾ ਹਾਲੇ ਵੀ ਟਲਿਆ ਨਹੀਂ ਹੈ ਮੈਂ ਇੱਕ ਵਾਰ ਤਸਵੀਰਾਂ ਫਿਰ ਤੁਹਾਨੂੰ ਦਿਖਾਉਣੀਆਂ ਚਾਹੂੰਗੀ ਕਿ ਪੱਠੇ ਕਿਸ ਤਰੀਕੇ ਦੇ ਨਾਲ ਡੁੱਬੇ ਹੋਏ ਨੇ ਇਹ ਖੇਤ ਨੇ ਅਸੀਂ ਅੰਦਰ ਜਾਣਾ ਚਾਹੁੰਦੇ ਸੀਗੇ ਪਰ ਸੇਫਟੀ ਜੈਕਟਸ ਨਾ ਹੋਣ ਦੇ ਕਰਕੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਕਿ ਅੰਦਰ ਸੱਪ ਵੀ ਬਹੁਤ ਨੇ ਖਤਰਾ ਵੀ ਹੈ ਸੋ ਇਸ ਕਰਕੇ ਤਸਵੀਰਾਂ ਅਸੀਂ ਤੁਹਾਨੂੰ ਦੂਰੋਂ ਹੀ ਦਿਖਾ ਰਹੇ ਹਾਂ ਪਰ ਜਿੰਨੀ ਦੂਰ ਤੱਕ ਅਸੀਂ ਦੇਖੀਏ ਨਜ਼ਰ ਮਾਰੀਏ ਤਾਂ ਸਿਰਫ ਪਾਣੀ ਹੀ ਪਾਣੀ ਹੈ ਖਤਰਾ ਹਾਲੇ ਵੀ ਨਹੀਂ ਟਲਿਆ ਪਰ ਉਮੀਦ ਕਰਦੇ ਹਾਂ ਕਿ ਜਿਹੜੀਆਂ ਬਰਸਾਤਾਂ ਰੁਕ ਜਾਣਗੀਆਂ ਤਾਂ ਪਿੱਛੋਂ ਡੈਮਸ ਦੇ ਗੇਟ ਨਹੀਂ ਖੋਲ੍ਹੇ ਜਾਣਗੇ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਮੈਂ ਸ਼ਗਨ ਬੱਬਰ ਕੈਮਰਾਮੈਨ ਵਿਜੇ ਦੇ ਨਾਲ ਜਲੰਧਰ